ਮਾਤਾ ਕੱਲ ਉਹ ਜਿਹੜਾ ਇੱਕ ਲੜਕੀ ਨੇ ਉਹ ਕੰਗਣਾ ਰਣੌਤ ਜਿਹਦੇ ਨਾਲ ਤੁਹਾਡੀ ਅੱਜ ਤੋਂ 3 ਸਾਲ ਪਹਿਲਾਂ ਗੱਲ ਹੋਈ ਸੀ, ਉਹਦੇ ਥੱਪੜ ਮਾਰਿਆ ਅਤੇ ਉਹਨੂੰ ਪੁਲਿਸ ਦੇ ਮਾਮਲਾ ਦੇ ਕੀ ਤੁਸੀਂ ਕਿਉਂ ਗਏ? ਕਿ ਉਹਨੂੰ ਬੋਲਣ ਤੇ ਵੀ ਤਜੀਬ ਨਹੀਂ, ਤਰੀਬ ਨਹੀਂ ਹੈ, ਤਜਰਬਾ ਨਹੀਂ ਬੋਲਣ ਦਾ, ਮਾਣ ਤਾਣ ਕਰਨ ਦਾ ਪਤਾ ਨਹੀਂ ਉਹਨੂੰ, ਐਵੇਂ ਆਟੋਮੋਟਿਵ ਬੋਲੀ ਜਾਂਦੀ ਹੈ, ਐਂ ਨਹੀਂ ਪਤਾ ਵੀ ਆਪਦਾ ਰੱਖਣਾ ਜਾਂ ਆਖਣਾ ਕਿ ਨਹੀਂ। ਅੱਗੇ ਵੀ ਆਖ ਤੱਕ ਕਿਸਾਨਾਂ ਨੂੰ ਇੰਨੀ ਨਿੰਦਿਆ ਕਰੀ ਕਿ ਬੁੜੀਆਂ ਨੂੰ ਇਕੱਠੀਆਂ ਕਰ ਲੈਂਦੇ 100-100 ਰੁਪਏ ਪਿੱਛੇ, ਅਤੇ ਬੁੜੀਆਂ ਕੋਈ 100-100 ਰੁਪਏ ਪਿੱਛੇ ਥੋੜ੍ਹੇ ਜਾਂਦੀਆਂ, ਆਪਦੇ ਬੱਚਿਆਂ ਦੀਆਂ ਜਾਇਦਾਦਾਂ ਜਾਂਦੀਆਂ ਸੀ। ਮੋਦੀ ਸਾਹਿਬ ਨੇ ਕਹਿੰਦਾ ਮੈਂ ਸਾਰਿਆਂ ਦੀ ਜਾਇਦਾਦਾਂ ਖੋਣਗੀਆਂ, ਮੈਂ ਦਿਹਾੜੀਏ ਰੱਖੂ, ਅਤੇ ਫਿਰ ਜਿਹੜਾ ਪੰਜਾਬੀ ਹੁੰਦਾ ਜਿਹੜੇ ਪੰਜਾਬ ਦੇ ਉਹ ਅਣਖ ਬਹੁਤ ਮੰਨਦਾ, ਉਹ ਦਿਹਾੜੀ 'ਤੇ ਨਹੀਂ ਜਾਂਦਾ, ਉਹ ਨਫ਼ਰਤ ਮੰਨਦੇ ਦਿਹਾੜੀ ਦੀ ਕਿ ਕਰਕੇ ਖਾਣਾ। ਮਹਾਰਾਜ ਨੇ ਰਿਜ਼ਕ ਰੋਜ਼ੀ ਸਾਨੂੰ ਦਿੱਤੀ ਹੈ, ਗੁਰੂ ਨਾਨਕ ਦੇਵ ਨੇ ਜਾਂ ਗੁਰੂਆਂ ਨੇ, ਅਤੇ ਫਿਰ ਜਾਇਦਾਦਾਂ ਛੱਡੀਆਂ ਕਿਉਂ ਜਾਂਦੀਆਂ? ਉਹ ਤਾਂ ਮਰਨਾ ਭੈੜਾ ਅਤੇ ਅਣਖ ਛੱਡਣੀ ਔਖੀ ਹੈ ਉਹਨਾਂ ਨੂੰ। ਤੁਹਾਡੇ ਨਾਲ ਉਦੋਂ ਮਾਤਾ ਕੀ ਗੱਲ ਹੋਈ ਸੀ? ਸਾਨੂੰ ਕਹਿੰਦੀ ਕਿ ਵੀ ਕਿਸਾਨ ਲਿਆ ਬੁੜੀਆਂ ਨੇ 100-100 ਦੇ ਕੇ, ਤੇਰਾ ਭਾਅ 100-100 ਕਿੱਥੋਂ ਸਾਨੂੰ ਦਿੱਤਾ? ਅਸੀਂ ਤਾਂ ਆਪਦੇ ਬੱਚਿਆਂ ਦੀ ਜਾਇਦਾਦ ਤੋਂ ਖਤਰ ਗਏ ਸਾਂ, ਵੀ ਜਦੋਂ ਸਾਡਾ ਜਾਇਦਾਦਾਂ ਹੀ ਖੋਲੀਆਂ, ਫਿਰ ਸਾਨੂੰ ਮਗਰੇ ਆਉਣ ਵਾਲੇ ਬੱਚੇ ਕੀ ਆਖਣਗੇ? ਤੁਸੀਂ ਮਰੇ ਸੋ, ਤੁਸੀਂ ਰੋਕੇ ਨਾ, ਤੁਸੀਂ ਤਾਂ ਮਰ ਜਾਂਦੇ। ਫਿਰ ਭਾਈ ਅਸੀਂ ਤਾਂ ਮਰਨ ਗਏ ਸਾਂ, ਅਤੇ ਵੀ ਜਾਇਦਾਦਾਂ ਨਹੀਂ ਛੱਡਣੀਆਂ ਤਾਂ ਮਰ ਜਾਂਗੇ। ਜੇਲ੍ਹਾਂ 'ਚ ਵੇਲੇ ਮਾਰਦੇ ਖੁਰਦੇ ਖੋਲੇ, ਪਰ ਆਪਦਾ ਸਿਦਕ ਨਹੀਂ ਹਾਰਾਂਗੇ, ਆਪਦਾ ਸਿਰ ਜਾਵੇ ਤਾਂ ਜਾਵੇ, ਅਤੇ ਸਾਡਾ ਸਿੱਖੀ ਸਿਦਕ ਨਾ ਜਾਵੇ। ਇਸ 'ਤੇ ਭਾਈ ਵੀ ਪੰਜਾਬੀ ਲੋਕ ਬੁਝ ਲਏ, ਪਰ ਜਿਹੜੇ ਜੇ ਸਿੱਖ ਨੂੰ ਗੁਰੂ ਦਿਓ ਤਾਂ ਫਿਰ ਆਪਦੇ ਤੱਤੀਆਂ ਤਾਂ ਮਾਂ 'ਤੇ ਬਹਿ ਬਹਿ ਕੇ ਗਏ, ਬੱਚੇ ਨੀਆਂ 'ਚ ਨਾਲੇ, ਫਿਰ ਉਹ ਤਾਂ ਆਪਦੇ ਵਾਰ ਦੀ ਜਿਹੜੀ ਕਰਨੀ ਉਹਨਾਂ ਉਹ ਉਵੇਂ ਉਹਨਾਂ ਨੇ ਪਗਾਤੀਆਂ ਅਤੇ ਉਵੇਂ ਹੋਣੀਆਂ, ਅਤੇ ਕਿਸਾਨ ਵੀ ਉਵੇਂ ਪਗਾਉਣਗੇ। ਤੁਸੀਂ ਕੇਸ ਵੀ ਕੀਤਾ ਸੀ ਉਹਦੇ 'ਤੇ ਕੋਈ ਮਾਣਾ ਨਹੀਂ? ਕੇਸ ਵੀ ਕੀਤਾ ਸੀ, ਰੱਖ ਲਾ ਵੀ ਆਪਣੀ ਤਾਂ ਰੱਖ ਲਾ ਵੀ ਜਦੋਂ ਨਿੰਦਕ ਕਰਦੀ ਸੀ ਸਾਰਾ ਭੈਣ ਭਈਆ ਦਾ ਸੀ, ਵੀ ਤੂੰ ਕਰ ਤੇਰੇ ਹੱਥੋਂ ਆਊਗਾ, ਤੇਰੀ ਵਾਇਸ ਟਿਕਟ ਦੁਖਾਉਣੀ ਸੀ, ਕਿਉਂ ਕਰਨੀ ਸੀ? ਕੋਈ ਆਇਆ ਫੈਸਲਾ ਉਹਦਾ ਕੇਸ ਦਾ? ਕੋਈ ਫੈਸਲਾ ਤਰੀਕਾਂ ਪਈ ਜਾਂਦੀਆਂ, ਊਂ ਰੱਖ ਲਾ ਵੀ ਬੰਦੇ ਕਹੀ ਦੀ ਬਾਹਰੋਂ ਵੀ ਉੱਥੋਂ ਰੱਖ ਲਾ ਵੀ ਤੂੰ ਵਕੀਲ ਨੂੰ ਕਹਿੰਦੀ ਝਗੜਨਾ ਮੇਰੀ ਥਾਂ, ਅਤੇ ਵਕੀਲਾਂ ਦਾ ਮੈਨੇ ਝਗੜੂ ਤਾਂ ਅਗਲੇ ਵਕੀਲ ਹੋਰ ਕਰ ਲੈਣਗੇ, ਮੈਨੂੰ ਤਾਂ ਝਗੜਨਾ ਹੀ ਪੈਣਾ। ਮਾਤਾ ਉਹਨੇ ਜਿਹੜਾ ਥੱਪੜ ਮਾਰਿਆ ਆਪਣੇ ਪੰਜਾਬ ਦੀ ਕੁੜੀ ਸੀਗੀ, ਤੁਸੀਂ ਉਸ ਬਾਰੇ ਕੀ ਕਹਿੰਦੇ? ਉਹਨੂੰ ਡਿਸਮਿਸ ਵੀ ਕਰਤਾ ਹੈ, ਕੀ ਕਹੋਗੇ? ਅਤੇ ਉਹਨੂੰ ਡਿਸਮਿਸ ਕਿਉਂ ਕਰਨਾ ਸੀ? ਉਹਨੂੰ ਤਾਂ ਬਹਾਦਰੀ ਕਰੀ, ਉਹ ਤਾਂ ਭਲੀ ਮਾਂ ਦੀ ਧੀ ਸੀ ਜਿਹਨੇ ਇੰਨਾ ਕਰਮ ਕਰਿਆ, ਹਰੇਕ ਮਰਨ ਤੋਂ ਡਰਾਂ ਨੇ ਪਰਵਾਹ ਹੀ ਨਹੀਂ ਸੋਚੀ, ਉਹ ਤਾਂ ਗੁਰੂ ਬਰਾਬਰ ਖੜਾ ਸੀ, ਉਹਨੇ ਹੌਸਲਾ ਦੇ ਕੇ ਮਗਰੋਂ ਥਾਪੜਾ ਦੇ ਕੇ ਲੱਪੜ ਉਸੇ ਪਰਮਾਤਮਾ ਨੇ ਮਰਵਾਇਆ ਉਸ ਨੇ।